15 ਅਗਸਤ ਦੇ ਮੱਦੇਨਜ਼ਰ ਅੱਜ ਪੰਜਾਬ ਪੁਲਿਸ ਵੱਲੋਂ ਜਿਹੜਾ ਕਾਸਕੋ ਓਪਰੇਸ਼ਨ ਚਲਾਇਆ ਗਿਆ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਨਾਲ ਨਾਲ ਬੱਸ ਸਟੈਂਡ ਦੇ ਵਿੱਚ ਕਾਸਕੋ ਓਪਰੇਸ਼ਨ ਚੱਲ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਤਾਦਾਦ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਬੱਸ ਸਟੈਂਡ ਦੇ ਵਿੱਚ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਹੁਣ ਜਿਹੜੇ ਹੈ ਪਾਰਕਿੰਗ ਜਿਹੜਾ ਬੱਸ ਸਟੈਂਡ ਦਾ ਉਸ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਕਿ 15 ਅਗਸਤ ਦੇ ਮੱਦੇਨਜ਼ਰ ਕੋਈ ਅਣਸੁਖਾਵੀਂ ਜਿਹੜੀ ਹੈ ਘਟਨਾ ਨਾ ਹੋ ਸਕੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਕਾਸਕੋ ਓਪਰੇਸ਼ਨ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਚੱਲਦਾ ਨਜ਼ਰ ਆਇਆ ਜਿਸ ਦੇ ਵਿੱਚ SSP ਮੈਡਮ ਸੋਮਿਆ ਮਿਸ਼ਰਾ ਔਰ DSP ਸੁਖਵਿੰਦਰ ਜੀ ਔਰ DSP ਬਲਕਾਰ ਸਿੰਘ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਪੰਜਾਬ ਪੁਲਿਸ ਦੀ ਅੱਜ ਜਿਹੜੀ ਚੱਪੇ ਚੱਪੇ ਦੀ ਤਲਾਸ਼ੀ ਦਿੱਤੀ ਡੌਸਕੋਟ ਹੈ ਡੌਸਕੋਟ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਹੈ ਕਿ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਚੱਪੇ ਚੱਪੇ 'ਤੇ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਕੋਈ 15 ਅਗਸਤ ਨੂੰ ਜਿਹੜੀ ਅਣਸੁਖਾਵੀਂ ਘਟਨਾ ਹੋਵੇ ਉਸ ਦੇ ਚੱਲਦੇ ਅੱਜ ਕਾਸਕੋ ਓਪਰੇਸ਼ਨ ਜਾਰੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੇ ਬੱਸ ਸਟੈਂਡ ਦੀਆਂ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਹੈ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਵੀ ਜਿਹੜੀ ਹੈ ਵੱਡੀ ਚੈਕਿੰਗ ਕੀਤੀ ਗਈ ਹੈ ਤਾਂ ਇਹ ਚੈਕਿੰਗ ਲਗਾਤਾਰ ਜਿਹੜੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਦਾ ਜਿਹੜਾ ਜਿਹੜੀਆਂ ਗਤੀਵਿਧੀਆਂ ਹਨ ਉਹਨਾਂ ਦੇ ਉੱਤੇ ਜਿਹੜੀ ਹੈ ਪੂਰੀ ਨਿਗ੍ਹਾ ਰੱਖੀ ਜਾ ਸਕੇ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਗੱਲਬਾਤ ਕਰ ਲੈਂਦੇ ਮੈਡਮ ਅੱਜ ਜਿਹੜਾ ਕਾਸਕੋ ਓਪਰੇਸ਼ਨ 15 ਅਗਸਤ ਦੇ ਮੰਦੇ ਦੇ ਚੱਲ ਰਿਹਾ ਕੀ ਕਹੋਗੇ ਇਸ ਵੇਲੇ? ਅੱਜ ਅਸੀਂ ਪੂਰੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਹਰ ਬੱਸ ਸਟੈਂਡ ਦੇ ਵਿੱਚ ਕਾਸਕੋ ਓਪਰੇਸ਼ਨ ਕਰ ਰਹੇ ਨੇ ਹੁਣੇ ਸਾਈਮਲਟੇਨਿਅਸਲੀ 7 ਬੱਸ ਸਟੈਂਡਸ 'ਤੇ ਚੱਲ ਰਿਹਾ ਹੈ ਟੋਟਲ ਲਗਭਗ 400 ਦੀ ਨਫਰੀ ਅਸੀਂ ਇਹਦੇ ਵਿੱਚ ਤੈਨਾਤ ਕੀਤੀ ਹੈ ਸਾਡੇ SP ਇਨਵੈਸਟੀਗੇਸ਼ਨ ਰਣਧੀਰ ਜੀ ਇਹਨੂੰ ਲੀਡ ਕਰ ਰਹੇ ਨੇ ਹਰ ਜਗ੍ਹਾ ਡੈਪਟੀ SP ਮੌਜੂਦ ਨੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਬੱਸ ਸਟੈਂਡਸ ਹੈਗੇ ਜਿਹੜੇ ਉਹਨਾਂ ਦਾ ਪੂਰਾ ਇਨਫਰਾਸਟ੍ਰਕਚਰ ਹੈ ਅਤੇ ਉਹਦੇ ਨਾਲ ਨਾਲ ਜਿਹੜੇ ਪਾਰਕਿੰਗ ਲੋਟ ਹੈ ਅਕਸਰ ਅਸੀਂ ਦੇਖਦੇ ਕਈ ਅਬੈਂਡਨਡ ਵਹੀਕਲ ਕਾਫੀ ਮਹੀਨੇ ਵਾਂ ਖੜ੍ਹੇ ਰਹਿੰਦੇ ਆ ਅਸੀਂ ਉੱਥੇ ਟੈਕਨੀਕਲ ਟੀਮਸ ਲੈ ਕੇ ਚੈਕਿੰਗ ਕਰ ਰਹੇ ਨੇ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿਸਮੇ ਸਾਨੂੰ ਸੰਦੇਹ ਹੈ ਜਾਂ ਕੁਛ ਹੈਗਾ ਉਹਨੂੰ ਅਸੀਂ ਨਿਕਾਲੇ ਜਿਹੜੇ ਬੰਦੇ ਹੈਗੇ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਉਹਨਾਂ ਦੇ ਸਮਾਨ ਦੀ ਵੀ ਕਰ ਰਹੇ ਜੀ ਮੈਮ ਇਹ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਰੇਲਵੇ ਸਟੇਸ਼ਨ ਦੇ ਨਾਲ ਹੋਰ ਕਈ ਜਿਹੜੀ ਜਗ੍ਹਾਵਾਂ ਚੈਕਿੰਗ ਕੀਤੀ ਜਾਵੇ ਤਾਂ ਇਹ 15 ਅਗਸਤ ਹੈ ਜਿਹੜਾ ਆਉਣ ਵਾਲਾ ਤਾਂ ਉੱਥੇ ਅਣਸੁਖਾਵੀਂ ਘਟਨਾ ਨਾ ਹੋਵੇ? ਨਹੀਂ ਡੈਫੀਨੇਟਲੀ ਦੇਖੀਏ ਇੱਕ ਤਾਂ ਰੂਟੀਨ ਚੈੱਕਸ ਅਸੀਂ ਕਰ ਹੀ ਰਹੇ ਨੇ ਜੋ ਵੀ ਨਾਗਰਿਕ ਹੈਗੇ ਜੋ ਨੋਰਮਲ ਸਿਟੀਜ਼ਨਸ ਹੈਗੇ ਉਹਨਾਂ ਦੀ ਸੇਫਟੀ ਯਕੀਨੀ ਬਣਾਉਣਾ ਸਾਡਾ ਕਰਤੱਵ ਹੈ ਸੋ ਆਫਕੋਰਸ ਵੀ ਆਰ ਵਰਕਿੰਗ ਔਨ ਇਟ ਇਸ ਤੋਂ ਇਲਾਵਾ ਸਾਡਾ ਇੰਡੀਪੈਂਡੈਂਸ ਡੇ ਵੀ ਆ ਰਿਹਾ ਹੈ ਕਲੋਜ਼ ਹੈ ਉਹਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਸਿਕਿਉਰਿਟੀ ਹੈ ਉਹਨੂੰ ਵੀ ਅਸੀਂ ਬੜਾ ਰਹੇ ਨੇ ਡੇ ਐਂਡ ਨਾਈਟ ਅਸੀਂ ਕੋਸ਼ਿਸ਼ ਕਰ ਰਹੇ ਨੇ ਵੀ ਆਰ ਵਰਕਿੰਗ ਡੇ ਐਂਡ ਨਾਈਟ 24/7 ਸਾਡੀ ਫੋਰਸ ਲੱਗੀ ਹੋਈ ਹੈ ਤੈਨਾਤ ਹੈ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕ੍ਰਾਈਮ ਵੀ ਘਟੇ ਅਤੇ ਔਰ ਬਾਕੀ ਵੀ ਜੋ ਵੀ ਅਸੀਂ ਸਾਡੇ ਕਰ ਸਕਦੇ ਪ੍ਰੀਵੈਂਟਿਵ ਮੈਜਰਸ ਉਹ ਵੀ ਲੈ ਰਹੇ ਜੀ ਥੈਂਕ ਯੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ SSP ਮੈਡਮ ਸੋਮਿਆ ਮਿਸ਼ਰਾ ਸੀਗੇ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਜਿਹੜੀ ਹੈ ਚੈਕਿੰਗ ਕਾਸਕੋ ਓਪਰੇਸ਼ਨ ਦੇ ਦੌਰਾਨ ਚੱਲ ਰਹੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਅੱਜ ਜਿਹੜੀ ਹੈ ਫਿਰੋਜ਼ਪੁਰ ਪੁਲਿਸ ਜਿਹੜੀ ਲੱਗੀ ਹੋਈ ਹੈ 400 ਦੇ ਕਰੀਬ ਜਿਹੜੀ ਹੈ ਫੋਰਸ ਅੱਜ ਲੱਗੀ ਹੋਈ ਹੈ ਤਾਂ ਵੱਡਾ ਓਪਰੇਸ਼ਨ ਅੱਜ ਕਾਸਕੋ ਓਪਰੇਸ਼ਨ ਚੱਲ ਰਿਹਾ 15 ਅਗਸਤ ਦੇ ਮੱਦੇਨਜ਼ਰ ਕਿ 15 ਅਗਸਤ ਨੂੰ ਕੋਈ ਅਣਸੁਖਾਵੀਂ ਘਟਨਾ ਆਵੇ ਉਸ ਦੇ ਨੂੰ ਚੱਲਦਿਆਂ ਅੱਜ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼।